तो स्वागत है जी एक बार फिर तो ਤੁਹਾਡਾ ਸਾਡੇ YouTube ਚੈਨਲ ਯੂਨੀਵਰਸਲ ਸਮਾਰਟ ਐਜੂਕੇਸ਼ਨ ਉੱਪਰ। ਤਾਂ ਜੀ ਮਾਸਟਰ ਕੈਡਰ ਦੀ 2392 ਪੋਸਟਾਂ ਨੂੰ ਲੈ ਕੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਕਿਸ ਰਿਗਾਰਡਿੰਗ ਹੈ ਨੋਟੀਫਿਕੇਸ਼ਨ ਆਪਾਂ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਜੀ। ਤਾਂ ਕਰ ਲਿਖਿਆ ਜੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕੈਡਰ ਬਾਰਡਰ ਏਰੀਆ ਵਿੱਚ ਸਾਇੰਸ ਵਿਸ਼ੇ ਦੀਆਂ 518, ਅੰਗਰੇਜ਼ੀ ਦੀਆਂ 380 ਅਤੇ ਮੈਥ ਵਿਸ਼ੇ ਦੀਆਂ 595 ਬੈਕਲੌਗ, ਇਹ ਸਾਰੀਆਂ ਬੈਕਲੌਗ ਦੀਆਂ ਨੇ, ਅਤੇ ਅੰਗਰੇਜ਼ੀ ਵਿਸ਼ੇ ਦੀਆਂ 899, ਇਹ ਨਵੀਆਂ ਪੋਸਟਾਂ ਨੇ, 899 ਵਾਲੀਆਂ ਅਸਾਮੀਆਂ ਨੂੰ ਭਰਨ ਲਈ 6/4/2021 ਅਤੇ ਮਿਤੀ 31/3/2021 ਨੂੰ 135 ਅਤੇ ਮਿਤੀ 17/5/2021 ਨੂੰ 90 ਜਿਹੜੀ ਦਿਵਿਆਂਗ ਕੈਟਾਗਰੀ ਦੀਆਂ ਪੋਸਟਾਂ ਆਈਆਂ ਸੀ ਉਸ ਪੋਸਟਾਂ ਦਾ ਕਿਸੇ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਸੰਬੰਧੀ ਵਿਭਾਗ ਨੇ ਲਿਖਤੀ ਟੈਸਟ, ਜਿਹੜਾ ਕਿ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਪਾ ਚੁੱਕੇ ਹਾਂ ਜੀ ਪਹਿਲਾਂ ਹੀ, ਜਿਹੜਾ ਇਹਨਾਂ ਜਿਹੜੀ ਅਸਾਮੀਆਂ ਦਾ ਟੈਸਟ ਹੋਣ ਵਾਲਾ ਹੈ ਜੀ, ਉਹ ਹੈ 20 ਜੂਨ ਨੂੰ। 20 ਜੂਨ ਅਤੇ 21 ਜੂਨ ਨੂੰ ਲੈਣ ਵਾਲੇ ਜਿਹੜੇ ਟੈਸਟ ਨੇ ਉਸ ਨੋਟਿਸ ਸੰਬੰਧੀ 31/5/2021 ਨੂੰ ਜਾਰੀ ਕਰ ਦਿੱਤਾ ਗਿਆ ਸੀ। ਨੋਟਿਸ ਜਾਰੀ ਹੋਣ ਤੋਂ ਬਾਅਦ ਵਿਭਾਗ ਨੂੰ ਉਕਤ ਭਰਤੀਆਂ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੇ ਇਤਰਾਜ਼ ਸਾਹਮਣੇ ਆਏ ਹਨ ਕਿ ਉਹਨਾਂ ਵੱਲੋਂ ਉਕਤ ਵੱਖ ਵੱਖ ਭਰਤੀ ਵਿੱਚ ਇੱਕ ਹੀ ਵਿਸ਼ੇ ਵਿੱਚ ਅਪਲਾਈ ਕੀਤਾ ਹੈ, ਭਾਵ ਉਹਨਾਂ ਵੱਲੋਂ ਅੰਗਰੇਜ਼ੀ ਦੀਆਂ 380 ਬੈਕਲੌਗ, ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਅਸਾਮੀਆਂ ਅਤੇ 135 ਦਿਵਿਆਂਗ ਕੈਟਾਗਰੀ ਦੀਆਂ ਬੈਕਲੌਗ ਦੀਆਂ ਅੰਗਰੇਜ਼ੀ ਦੀਆਂ ਪੋਸਟਾਂ ਦੇ ਵਿਰੁੱਧ ਅਪਲਾਈ ਕੀਤਾ ਹੈ, ਕਿਉਂਕਿ ਵਿਭਾਗ ਵੱਲੋਂ ਅੰਗਰੇਜ਼ੀ ਵਿਸ਼ੇ ਦਾ ਇੱਕ ਹੀ ਪੇਪਰ ਜੋ ਕਿ ਮਿਤੀ 20/6/2021 ਨੂੰ ਲਿਆ ਜਾਣਾ ਹੈ, ਤਾਂ ਉਹ ਉਕਤ ਤਿੰਨੇ ਭਰਤੀਆਂ ਦੇ ਵਿਰੁੱਧ ਕਿਵੇਂ ਪੇਪਰ ਦੇ ਸਕਦੇ ਹਨ। ਇਹ ਇਤਰਾਜ਼ ਸੀ ਕੈਂਡੀਡੇਟ ਦਾ ਜੀ ਕਿ ਇਹਨਾਂ ਜਿਹੜੀ ਪੋਸਟਾਂ ਅਲੱਗ ਅਲੱਗ ਤਰ੍ਹਾਂ ਦੀਆਂ ਨੇ, ਨਵੀਆਂ ਵੀ ਨੇ ਪੁਰਾਣੀਆਂ ਵੀ ਨੇ ਅਤੇ ਕੁਝ ਪੋਸਟਾਂ ਜਿਹੜੀ ਦਿਵਿਆਂਗ ਕੈਟਾਗਰੀ ਦੀ ਵੀ ਨੇ, ਅਤੇ ਪੋਸਟਾਂ ਦੇ ਅਲੱਗ ਅਲੱਗ ਪੇਪਰ ਕਿਵੇਂ ਲੈ ਸਕਦੇ ਨੇ। ਤਾਂ ਵਿਭਾਗ ਨੇ ਸਪਸ਼ਟੀਕਰਨ ਦਿੱਤਾ ਜਿੱਥੇ ਉਮੀਦਵਾਰਾਂ ਦੇ ਉਕਤ ਇਤਰਾਜ਼ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਭਾਵੇਂ ਵੱਖ ਵੱਖ ਭਰਤੀਆਂ ਵਿੱਚ ਇੱਕ ਹੀ ਵਿਸ਼ੇ ਦੇ ਵਿਰੁੱਧ ਅਪਲਾਈ ਕੀਤਾ ਹੈ, ਪਰੰਤੂ ਵਿਭਾਗ ਉਹਨਾਂ ਨੂੰ ਇੱਕ ਹੀ ਰੋਲ ਨੰਬਰ ਜਾਰੀ ਕਰੇਗਾ। ਉਮੀਦਵਾਰ ਇਸ ਰੋਲ ਨੰਬਰ ਦੇ ਵਿਰੁੱਧ ਪੇਪਰ ਦੇਵੇਗਾ ਅਤੇ ਇਸ ਵਿੱਚ ਜੋ ਨਤੀਜਾ ਆਵੇਗਾ ਉਸ ਆਧਾਰ 'ਤੇ ਉਹਨਾਂ ਦੀ ਅੰਗਰੇਜ਼ੀ ਦੀ 380 ਬੈਕਲੌਗ, ਅੰਗਰੇਜ਼ੀ ਵਿਸ਼ੇ ਦੀਆਂ 899 ਪੋਸਟਾਂ ਜਿਹੜੀਆਂ ਨਵੀਆਂ ਨੇ ਅਤੇ 135 ਦਿਵਿਆਂਗ ਕੈਟਾਗਰੀ ਦੀਆਂ ਭਰਤੀਆਂ, ਬੈਕਲੌਗ ਦੀ ਭਰਤੀ ਵਿੱਚ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ। ਇਸੇ ਪ੍ਰਕਿਰਿਆ ਦੇ ਤਹਿਤ ਬਾਕੀ ਵਿਸ਼ੇ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਹਨਾਂ ਨੇ ਇੰਗਲਿਸ਼ ਵਿਸ਼ੇ ਦੀ ਇੱਕ ਇਗਜ਼ਾਮਪਲ ਦਿੱਤੀ ਹੈ ਜੀ, ਜਿਵੇਂ ਤੁਸੀਂ ਮੰਨ ਲਓ ਇੰਗਲਿਸ਼ ਦੇ ਵਿੱਚ 899 ਨਵੀਆਂ ਪੋਸਟਾਂ, ਉਹਦੇ 'ਚ ਅਪਲਾਈ ਕੀਤਾ ਹੈ, ਠੀਕ ਹੈ। ਉਸ ਤੋਂ ਬਾਅਦ ਅੰਗਰੇਜ਼ੀ ਵਿਸ਼ੇ ਦੀਆਂ ਜਿਹੜੀ ਪੁਰਾਣੀਆਂ ਬੈਕਲੌਗ, ਉਸ 'ਤੇ ਅਪਲਾਈ ਕੀਤਾ ਹੈ ਨਾ ਜੀ। ਇਹ ਗੱਲ ਕਹਿੰਦੇ ਨੇ ਕਿ ਇਹਨਾਂ ਅਲੱਗ ਅਲੱਗ ਜਿਹੜੀ ਪੋਸਟਾਂ ਨੇ ਇਹਨਾਂ ਦਾ ਪੇਪਰ ਅਲੱਗ ਅਲੱਗ ਕਿਵੇਂ ਹੋ ਸਕਦਾ ਹੈ, ਤਾਂ ਵਿਭਾਗ ਨੇ ਇਸੇ ਗੱਲ ਦੇ ਸਪਸ਼ਟੀਕਰਨ ਦਿੱਤਾ ਹੈ ਇਗਜ਼ਾਮਪਲ ਦੇ ਕੇ ਕਿ ਭਾਵੇਂ ਤੁਸੀਂ ਇਹਨਾਂ ਲਈ ਅਲੱਗ ਅਲੱਗ ਅਪਲਾਈ ਕੀਤਾ ਪਰ ਪੇਪਰ ਤੁਹਾਡਾ ਇੱਕ ਹੀ ਹੋਵੇਗਾ, ਇੱਕ ਹੀ ਰੋਲ ਨੰਬਰ ਮਿਲੇਗਾ ਤੁਹਾਨੂੰ, ਸਾਰਿਆਂ ਨੂੰ ਮਿਲਾ ਕੇ ਮੈਰਿਟ ਲਿਸਟ ਬਣੇਗੀ, ਚਾਹੇ ਉਹ ਨਵੀਆਂ ਪੋਸਟਾਂ ਨੇ ਚਾਹੇ ਉਹ ਪੁਰਾਣੀਆਂ ਪੋਸਟਾਂ ਨੇ। ਜਿਵੇਂ ਦੇਖੋ ਅੰਗਰੇਜ਼ੀ ਦੀ ਜਿਹੜੀ ਬੈਕਲੌਗ ਦੀਆਂ ਅਸਾਮੀਆਂ ਨੇ 380, ਉਸ ਤੋਂ ਬਾਅਦ 899 ਨਵੀਆਂ ਪੋਸਟਾਂ ਅਤੇ 135 ਪੋਸਟਾਂ ਦਿਵਿਆਂਗ ਕੈਟਾਗਰੀ ਦੇ ਨੇ। ਜੇਕਰ ਆਪਾਂ ਤਿੰਨਾਂ ਨੂੰ ਮਿਲਾਈਏ ਤਾਂ 1309 ਪੋਸਟਾਂ ਇੰਗਲਿਸ਼ ਦੀਆਂ ਬਣਦੀਆਂ ਨੇ, ਅਤੇ ਇਹਨਾਂ 1309 ਜਿਹੜੀ ਪੋਸਟਾਂ ਦੇ ਵਿੱਚੋਂ ਹੀ ਮੈਰਿਟ ਤਿਆਰ ਕੀਤੀ ਜਾਵੇਗੀ ਜੀ। ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਲੇਟੈਸਟ ਵੀਡੀਓ, ਉਮੀਦ ਕਰਦਾ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਅਤੇ ਜੋ ਲੋਕ ਸਾਡੇ ਚੈਨਲ 'ਤੇ ਅੱਜ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇ ਅਤੇ ਇਸੇ ਪ੍ਰਕਾਰ ਦੀ ਲੇਟੈਸਟ ਵੀਡੀਓ ਦੇਖਣਾ ਚਾਹੁੰਦੇ ਨੇ ਤਾਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਅਤੇ ਨਾਲ ਦਿੱਤਾ ਗਿਆ ਬੈਲ ਆਈਕਨ ਨੂੰ ਵੀ ਪ੍ਰੈਸ ਕਰਨ, ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ।